ਸਾਂਝਾ ਮੁੰਡਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀ ਕੈਨੇਡਾ ਦੀ ਐਸ ਵਾਰ ਆਪਾਂ ਇੱਕ ਹੋਰ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸਾਡੇ ਨਾਲ ਪਿਛਲੀ ਵਾਰ ਦੀ ਤਰ੍ਹਾਂ ਗ੍ਰੇ ਹੌਕ ਕਮਿਊਨੀਕੇਸ਼ਨ ਤੋਂ ਜਸਪ੍ਰੀਤ ਜੀ ਸ਼ਾਮਲ ਨੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜਸਪ੍ਰੀਤ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੈਂ ਜਿੰਨੇ ਸਰੋਤੇ ਆ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸੋ ਇਹ ਪ੍ਰੋਗਰਾਮ ਦੇਖ ਰਹੇ ਤੁਸੀਂ ਪ੍ਰੋਗਰਾਮ ਨੂੰ ਬਹੁਤ ਪਿਆਰ ਦੇ ਰਹੇ ਹੋ ਸੋ ਸਾਰਿਆਂ ਨੂੰ ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਪਹਿਲਾ ਮੇਰਾ ਸਵਾਲ ਹੈਗਾ ਕਿ ਯੂਕੇ ਲਈ ਵੀਜ਼ਾ ਜਿਹੜੇ ਹੈਗੇ ਉਹ ਲੱਗ ਰਹੇ ਨੇ ਸਟੂਡੈਂਟਸ ਜੇ ਉੱਥੇ ਜਾਣਾ ਚਾਹਣ ਕੀ ਉਹ ਵੀਜ਼ਾ ਅਪਲਾਈ ਕਰ ਸਕਦੇ ਨੇ ਦੇਖੋ ਜੀ ਇਸ ਟਾਈਮ ਦੇ ਵਿੱਚ ਪੈਂਡੈਮਿਕ ਦੇ ਇਸ ਦੌਰ ਦੇ ਵਿੱਚ ਯੂਕੇ ਇੱਕ ਇਸ ਟਾਈਮ ਦੇ ਵਿੱਚ ਕੰਟਰੀ ਆ ਜਿਹੜੀ ਕਿ ਵੀਜ਼ਾ ਦੇ ਰਹੀ ਆ ਸੋ ਉਹਦੇ ਵਿੱਚ ਵੀਜ਼ਾ ਆਉਣ ਦਾ ਜਿਹੜਾ ਕਾਰਨ ਇਹ ਹੀ ਹੈਗਾ ਕਿ ਯੂਕੇ ਦੀ ਜਿਹੜਾ ਇੱਕ ਐਜੂਕੇਸ਼ਨ ਸਿਸਟਮ ਹੈਗਾ ਆ ਉਹ ਬਹੁਤ ਹੀ ਵਧੀਆ ਦੁਨੀਆ ਦੇ ਵਿੱਚ ਰੌਨਡ ਐਜੂਕੇਸ਼ਨ ਸਿਸਟਮ ਹੈਗਾ ਸੋ ਯੂਕੇ ਇਸ ਟਾਈਮ ਦੇ ਉੱਤੇ ਬੱਚਿਆਂ ਨੂੰ ਵਧੀਆ ਵੀਜ਼ਾ ਦੇ ਰਿਹਾ ਇਹ ਨਹੀਂ ਕਿ ਇੱਕ ਤਾਂ ਹੁੰਦਾ ਕੱਲਾ ਵੀਜ਼ਾ ਦੇਣਾ ਇੱਕ ਹੁੰਦਾ ਕਿ ਖੁੱਲ ਕੇ ਵੀਜ਼ਾ ਦੇ ਰਿਹਾ ਯੂਕੇ ਇਸ ਟਾਈਮ ਦੇਲ ਖੁੱਲ ਕੇ ਬੱਚਿਆਂ ਨੂੰ ਵੀਜ਼ਾ ਗ੍ਰਾਂਟ ਕਰ ਰਿਹਾ ਹੈ ਅੱਛਾ ਜਿਸ ਤਰ੍ਹਾਂ ਬਾਕੀ ਕੰਟਰੀਜ਼ ਆਇਲੈਂਡਸ ਪ੍ਰੈਫਰ ਕਰਦੀਆਂ ਨੇ ਕੀ ਯੂਕੇ ਲਈ ਵੀ ਆਇਲੈਂਡਸ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਪਾਂ ਯੂਕੇ ਦੀ ਗੱਲ ਜਿਹੜੀ ਕਰ ਰਹੇ ਹਾਂ ਕਿ ਆਇਲਸ ਦੀ ਤੇ ਇੰਗਲਿਸ਼ ਦੀ ਜਨਮ ਭੂਮੀ ਯੂਕੇ ਠੀਕ ਹੈ ਜੀ ਗੋਰਿਆਂ ਦੀ ਜਿਹੜੀ ਪਾਸ਼ਾ ਆਫੀਸ਼ੀਅਲ ਪਾਸ਼ਾ ਜਿੱਦਾਂ ਆਪਣੀ ਪੰਜਾਬੀ ਉਹਨਾਂ ਦੀ ਇੰਗਲਿਸ਼ ਹੈਗੀ ਆ ਸੋ ਆਇਲਸ ਜਿਹੜੀ ਹੈਗੀ ਆ ਬ੍ਰਿਟਿਸ਼ ਕਾਉਂਸਲ ਦੇ ਅੰਡਰ ਚੱਲਦੀ ਬ੍ਰਿਟਿਸ਼ ਕਾਉਂਸਲ ਯੂਕੇ ਦੇ ਵਿੱਚ ਹੈਗਾ ਸੋ ਆਇਲਸ ਇੱਕ ਪ੍ਰਿਫਰਡ ਜ਼ਰੂਰ ਹੈਗੀ ਆ ਯੂਕੇ ਦੇ ਲਈ ਕਿਉਂਕਿ ਕੋਈ ਵੀ ਬੱਚਾ ਜਿਹੜਾ ਆਇਲਸ ਕਰ ਰਹਾ ਉਹਦਾ ਇੱਕ ਇੰਗਲਿਸ਼ ਦਾ ਲੈਵਲ ਪਤਾ ਲੱਗਦਾ ਸੋ ਜਿਹੜਾ ਬੰਦਾ ਕਹਿੰਦਾ ਕਿ ਯੂਕੇ ਦੇ ਆਇਲਸ ਬਿਲਕੁਲ ਨਹੀਂ ਚਾਹੀਦੀ ਉਹ ਤਾਂ ਇੱਕ ਬਹੁਤ ਹੀ ਜੇ ਕਹੀਏ ਕਿ ਗੱਲ ਸਹੀ ਨਹੀਂ ਹੈਗੀ ਹਾਂ ਬੱਚਿਆਂ ਨੂੰ ਆਇਲਸ ਉਹ ਬੱਚਿਆਂ ਨੂੰ ਨਹੀਂ ਚਾਹੀਦੀ ਜਿਹੜਾ ਸੀਬੀਐਸਸੀ ਜਾਂ ਆਈਸੀਐਸਸੀ ਬੋਰਡ ਤੋਂ ਪਾਸ ਆਊਟ ਹੈਗਾ ਆ ਉਹਦੇ 60 ਤੋਂ 70% ਇੰਗਲਿਸ਼ ਦੇ ਵਿੱਚ ਹੈਗੇ ਨੇ ਓਵਰ ਆਲ ਜਿਹੜੀ ਉਹਦੀ ਪਰਸੈਂਟੇਜ ਇੱਕ ਪਲੱਸ 2 ਜਾਂ ਗ੍ਰੈਜੂਏਸ਼ਨ ਦੇ ਵਿੱਚ ਲੱਗ ਚੀਜ਼ ਹੈ ਉਹਦੇ ਇੰਗਲਿਸ਼ ਦੇ ਵਿੱਚੋਂ 70% ਹੈਗੇ ਨੇ ਉਹਦੇ ਲਈ ਇਹ ਆਇਲਸ ਵੇਵ ਆਫ ਹੁੰਦੀ ਹੈ ਆਦਰਵਾਈਜ਼ 6 ਈਚ ਜਾਂ 6 ওভার অর ਨੋਟ ਲੈਸ 5.5 ਜਾਂ 5.5 ਨੋਟ ਲੈਸ 5.5 ਜਿਹੜੇ ਬੈਡ ਸਕੋਰ ਹੁੰਦੇ ਆ ਉਹਦੇ ਨਾਲ ਬੱਚਾ ਯੂਕੇ ਦੇ ਵਿੱਚ ਸਟਡੀ ਕਰਨ ਜਾ ਸਕਦਾ ਹੈ ਇਸ ਵੇਲੇ ਕੋਰਸਿਸ ਯੂਨੀਵਰਸਿਟੀਆਂ ਕਿਹੜੇ ਕਿਹੜੇ ਆਫਰ ਕਰ ਰਹੀਆਂ ਤੇ ਉਹਨਾਂ ਦਾ ਸਕਸੈਸ ਰੇਟ ਕੀ ਹੈਗਾ ਦੇਖੋ ਜਿਹੜੀਆਂ ਯੂਨੀਵਰਸਿਟੀਆਂ ਯੂਕੇ ਦੇ ਵਿੱਚ ਆਪਾਂ ਗੱਲ ਕਰੀਏ ਯੂਕੇ ਦੀਆਂ ਯੂਨੀਵਰਸਿਟੀਆਂ ਕੋਰਸਿਸ ਇੱਕ ਤਾਂ ਗ੍ਰੈਜੂਏਸ਼ਨ ਦੇ ਰਹੀਆਂ ਜਿਹੜੇ ਬੱਚਿਆਂ ਨੇ ਪਲੱਸ 2 ਕੀਤੀ ਹੈ ਜਾਂ ਕਰ ਰਹੇ ਨੇ ਜਾਂ 2021 ਜਿਹੜੇ ਪਾਸ ਆਊਟ ਹੋਣ ਹੋਣ ਜਾ ਰਹੇ ਨੇ ਉਹਨਾਂ ਨੂੰ ਇੱਕ ਤਾਂ ਗ੍ਰੈਜੂਏਸ਼ਨ ਮਿਲ ਜਾਏਗੀ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲੈ ਸਕਦੇ ਆ ਜਾਂ ਜਿਹੜੇ ਬੱਚਿਆਂ ਨੇ ਉਹਨ ਗ੍ਰੈਜੂਏਸ਼ਨ ਕਰ ਚੁੱਕੇ ਨੇ ਉਹ ਜਿਹੜੇ ਹੈਗੇ ਆ ਉਹ ਪੋਸਟ ਗ੍ਰੈਜੂਏਟਲੀ ਜਾ ਸਕਦੇ ਆ ਆਪਣੀ ਮਾਸਟਰ ਡਿਗਰੀ ਲਈ ਯੂਕੇ ਦੇ ਵਿੱਚ ਸਟੱਡੀ ਕਰਨ ਜਾ ਸਕਦੇ ਹੈਗੇ ਆ ਤੇ ਚਲੋ ਇਹ ਤਾਂ ਸਕਸੈਸ ਰੇਟ ਦੀ ਗੱਲ ਹੋ ਗਈ ਨਾਲ ਹੀ ਯੂਨੀਵਰਸਿਟੀਆਂ ਦੇ ਕੋਰਸਸ ਦੀ ਗੱਲ ਹੋ ਗਈ ਜੇ ਆਪਾਂ ਗੱਲ ਕਰੀਏ ਤਾਂ ਗੈਪ ਕਿੰਨਾ ਐਕਸੈਪਟ ਹੋ ਰਿਹਾ ਹੈ ਸੋ ਅਮ ਜੇ ਆਪਾਂ ਜੇ ਤੁਹਾਨੂੰ ਗੱਲ ਕਰੀਏ ਗੈਪ ਦੀ ਗੱਲ ਕਰੀਏ 2017 ਤੋਂ ਵੀ ਬੱਚਿਆਂ ਨੂੰ ਐਡਮਿਸ਼ਨ ਮਿਲ ਲਈਏ ਕਿ 2017 ਤੋਂ ਪਾਸ ਆਊਟ ਆ ਗਿਆ ਬਟ ਜੇ ਆਪਾਂ ਜੈਨੂਇਨ ਗੈਪ ਦੀ ਗੱਲ ਕਰੀਏ ਕਿ ਪਲੱਸ 2 ਤੋਂ ਬਾਅਦ ਚ 2 ਤੋਂ 3 ਸਾਲ ਦਾ ਗੈਪ ਆ ਕੋਈ ਵੀ ਕੰਟਰੀ ਆ ਉਹ ਐਕਸੈਪਟ ਕਰਦੀ ਆ ਸੇਮ ਕਰਾਈਟਰੀਆ ਯੂਕੇ ਦੇ ਵਿੱਚ ਵੀ ਹੈਗਾ ਸੋ ਪਰ ਜਿਹੜੀ ਗ੍ਰੈਜੂਏਸ਼ਨ ਹੈ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੁਹਾਡੇ ਕੋਲ 10 ਸਾਲ ਦਾ ਗੈਪ ਵੀ ਹੈਗਾ ਤਾਂ ਵੀ ਤੁਸੀਂ ਯੂਕੇ ਸਟੱਡੀ ਕਰਨ ਜਾ ਸਕਦੇ ਹੋ ਬਸ਼ਰਤੇ ਇਹ ਹੈ ਕਿ ਉਹ 10 ਸਾਲ ਦੇ ਤੁਹਾਡੇ ਕੋਲ ਗੈਪ ਪ੍ਰੂਫ ਜੈਨੂਨ ਹੋਣੇ ਚਾਹੀਦੇ ਕਿ ਤੁਸੀਂ ਉਹ 10 ਸਾਲਾਂ ਦੇ ਵਿੱਚ ਫ੍ਰੀ ਨਹੀਂ ਬੈਠੇ ਹੋਣੇ ਚਾਹੀਦੇ ਤਾਂ ਇਸ ਕਰਕੇ ਗ੍ਰੈਜੂਏਸ਼ਨ ਤੋਂ ਬਾਅਦ ਜੋ ਵਾਧੂ ਗੈਪ ਚੱਲ ਜਾਂਦਾ ਪਰ ਪਲੱਸ 2 ਤੋਂ ਬਾਅਦ ਜੋ ਗੈਪ ਜਿਹੜਾ ਥੋੜਾ ਲਿਮਿਟਿਡ ਹੀ ਚੱਲਦਾ ਹੈ 2 ਤੋਂ 3 ਸਾਲ ਦਾ ਹੀ ਚੱਲਦਾ ਜੇ ਆਪਾਂ ਇੰਟਰਵਿਊ ਦੀ ਗੱਲ ਕਰੀਏ ਇਮੀਗ੍ਰੇਸ਼ਨ ਇੰਟਰਵਿਊ ਜਾਂ ਫਿਰ ਯੂਨੀਵਰਸਿਟੀ ਇੰਟਰਵਿਊਜ਼ ਕੀ ਇਹ ਪੋਸੀਬਲ ਹੈ ਕਿ ਆਣ ਗਿਆ ਜੀ ਬਿਲਕੁਲ ਸਭ ਤੋਂ ਪਹਿਲਾ ਜਿਹੜੀ ਬੱਚਿਆਂ ਦੀ ਇੱਕ ਕੁਐਸਚਨ ਹੁੰਦਾ ਆ ਜਾਂ ਬੱਚੇ ਸੋਚਦੇ ਦੇ ਕਿ ਸਾਨੂੰ ਇੰਟਰਵਿਊ ਨਾ ਦੇਣੀ ਪਵੇ ਜੇ ਤੁਸੀਂ ਇਸ ਮੌਕੇ ਤੇ ਇੰਟਰਵਿਊ ਤੋਂ ਡਰ ਰਹੇ ਹੋ ਤਾਂ ਫਿਊਚਰ ਦੇ ਵਿੱਚ ਕਿੱਥੋਂ ਤੁਸੀਂ ਉਹ ਮੁਸ਼ਕਲਾਂ ਨੂੰ ਸਾਹਮਣਾ ਕਰ ਸਕਦੇ ਹੋ ਸੋ ਜਿਹੜਾ ਬੱਚਾ ਜਿਹੜਾ ਬੰਦਾ ਤੁਹਾਨੂੰ ਇਹ ਬੱਚਿਆਂ ਨੂੰ ਕਹਿ ਰਿਹਾ ਕਿ ਇੰਟਰਵਿਊ ਨਹੀਂ ਆਏਗੀ ਉਹ ਬਿਲਕੁਲ ਗਲਤ ਹੈ ਯੂਨੀਵਰਸਿਟੀਆਂ ਇੰਟਰਵਿਊ ਲੈਂਦੀਆਂ ਨੇ ਕੁਝ ਯੂਨੀਵਰਸਿਟੀਆਂ ਨਹੀਂ ਇੰਟਰਵਿਊ ਲੈਂਦੀਆਂ ਬਟ ਮੈਜੋਰਟੀ ਆਫ ਯੂਨੀਵਰਸਿਟੀ ਜਿਹੜੀਆਂ ਇੰਟਰਵਿਊ ਲੈਂਦੀਆਂ ਨੇ ਇੱਕ ਨਹੀਂ ਦੋ ਦੋ ਤਿੰਨ ਤਿੰਨ ਇੰਟਰਵਿਊ ਵੀ ਯੂਨੀਵਰਸਿਟੀਆਂ ਦੀਆਂ ਆ ਜਾਂਦੀਆਂ ਨੇ ਪਹਿਲਾਂ ਤਾਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਇੰਡੀਆ ਦਾ ਉਹ ਇੰਟਰਵਿਊ ਲੈਂਦਾ ਹੈ ਫਿਰ ਯੂਨੀਵਰਸਿਟੀ ਤੋਂ ਇੰਟਰਵਿਊ ਆਉਂਦੀ ਹੈ ਕਿ ਫਾਈਨਲ ਇੰਟਰਵਿਊ ਆਉਂਦੀ ਹੈ ਫਿਰ ਜਾ ਕੇ ਸੀਐਸ ਲੈਟਰਾਂ ਜਾਂ ਕਾਸਟ ਲੈਟਰ ਈਸ਼ੂ ਹੁੰਦੇ ਆ ਸੋ ਇੰਟਰਵਿਊ ਤੋਂ ਡਰਨ ਦੀ ਲੋੜ ਨਹੀਂ ਉਹ ਕੋਈ ਵੀ ਇਦਾਂ ਦੇ ਇੰਟਰਵਿਊ ਨਹੀਂ ਹੁੰਦੇ ਹੈਗੇ ਕਿ ਬਹੁਤ ਹੀ ਜ਼ਿਆਦਾ ਬੱਚੇ ਨੂੰ ਕੁਝ ਡਿਪਰੈਸ਼ਨ ਵਾਲੇ ਹੋ ਜਾਣਗੇ ਜਾਂ ਕੋਈ ਚੀਜ਼ ਹੋਏਗੀ ਨਾਰਮਲ ਇੰਟਰਵਿਊਸ ਆਉਂਦੇ ਆ ਆਉਂਦੇ ਹੈਗੇ ਯੂਨੀਵਰਸਿਟੀ ਦੇ ਵੀ ਆਉਂਦੇ ਆ ਤੇ ਜਿਤ ਤੱਕ ਹੋ ਸਕਦਾ ਅੰਬੈਸੀ ਵੀ ਇੰਟਰਵਿਊ ਲੈ ਸਕਦੀ ਆ 100% ਤਾਂ ਨਹੀਂ ਬਟ ਅੰਬੈਸੀ ਦਾ ਰਾਈਡ ਹੈਗਾ ਅੰਬੈਸੀ ਇੰਟਰਵਿਊ ਲੈਣਾ ਚਾਹੀ ਤਾਂ ਲੈ ਸਕਦੀ ਆ ਬੱਚੇ ਕੋਲ ਆ ਇਹ ਹੋਈ ਗੱਲ ਇੰਟਰਵਿਊ ਦੀ ਹੁਣ ਜੇ ਆਪਾਂ ਗੱਲ ਕਰੀਏ ਜੋ ਹਰੇਕ ਦੇ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਖਰਚਾ ਘੱਟ ਤੋਂ ਘੱਟ ਕਿੰਨਾ ਖਰਚਾ ਹੋ ਸਕਦਾ ਹੈ ਹਾਂ ਜਿਹੜੀ ਹੁਣ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਖਰਚਾ ਯੂਕੇ ਦੇ ਵਿੱਚ ਖਰਚਾ ਕਿੰਨਾ ਹੋ ਸਕਦਾ ਸੋ ਇਹਦੇ ਵਿੱਚ ਬੱਚਾ ਘੱਟ ਤੋਂ ਘੱਟ ਖਰਚੇ ਦੇ ਵੀ ਜਾ ਸਕਦਾ ਤੇ ਜਿੰਨਾ ਮਰਜੀ ਪੈਸਾ ਲਾ ਕੇ ਵੀ ਜਾ ਸਕਦਾ ਜੇ ਆਪਾਂ ਘੱਟ ਤੋਂ ਘੱਟ ਗੱਲ ਕਰੀਏ ਕਿ ਯੂਕੇ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਉਹ ਤਕਰੀਬਨ ਤਕਰੀਬਨ ਮਿਨੀਮਮ ਜਿਹੜੀ ਘੱਟ ਤੋਂ ਘੱਟ ਜਿਹੜੀ ਹੈਗੀ ਆ 9000 ਤੋਂ ਲੈ ਕੇ 10000 ਪਾਉਂਡ ਤੱਕ ਦੀ ਤੁਹਾਨੂੰ ਇਅਰਲੀ ਫੀਸ ਵਾਲੀ ਯੂਨੀਵਰਸਿਟੀ ਅਪਰੋਕਸ ਮਿਲ ਜਾਂਦੀ ਹੈਗੀ ਆ ਇਸ ਇਸ ਤੋਂ 7000 ਪਾਉਂਡ ਤੋਂ ਵੀ ਯੂਨੀਵਰਸਿਟੀ ਸਟਾਰਟ ਹੋ ਜਾਂਦੀਆਂ ਹੈਗੀਆਂ ਸੋ ਤੁਸੀਂ ਬੱਚਾ ਜਿਹੜਾ ਆ ਉਹ 6 ਮਹੀਨਿਆਂ ਦੀ ਫੀਸ ਪੇ ਕਰਕੇ ਵੀ ਯੂਕੇ ਸਟੱਡੀ ਕਰਨ ਜਾ ਸਕਦਾ ਹੈ ਉਹ ਪੁਰਾਣੇ ਪੁਰਾਣੇ ਫੰਡਸ ਦੀ ਗੱਲ ਕਰੀਏ ਫੰਡਸ ਦੀ ਗੱਲ ਹੈਗੀ ਆ ਸੋ ਤੁਸੀਂ ਦੇਖ ਸਕ ਕਿ ਯੂਕੇ ਦੇ ਵਿੱਚ ਫੰਡਸ ਦੀ ਜ਼ਰੂਰਤ ਹੁੰਦੀ ਹੈ ਤੇ ਯੂਕੇ ਵੈਰੀਫਾਈ ਕਰਦਾ ਹੈ ਸੋ ਉਹਦੇ ਲਈ 28 ਦਿਨ ਪੁਰਾਣੇ ਫੰਡਸ ਚਾਹੀਦੇ ਹੁੰਦੇ ਆ ਉਹਦੇ ਵਿੱਚ ਤੁਸੀਂ ਫੰਡਸ ਵਿੱਚ ਆਪਣੀ ਫੀਸ ਸ਼ੋ ਕਰਨੀ ਹੁੰਦੀ ਹੈਗੀ ਹੈ ਲਿਵਿੰਗ ਐਕਸਪੈਂਸ ਸ਼ੋ ਕਰਨਾ ਹੁੰਦਾ ਹੈਗਾ ਜਿੰਨੀ ਫੀਸ ਤੁਸੀਂ ਪੇ ਕਰ ਦਿੰਨੇ ਹੋ ਯੂਨੀਵਰਸਿਟੀ ਨੂੰ ਉਤੋਂ ਰਿਮੇਨਿੰਗ ਜਿਹੜੀ ਫੀਸ ਆ ਪਲੱਸ ਲਿਵਿੰਗ ਐਕਸਪੈਂਸ ਉਹ ਸ਼ੋ ਕਰਨਾ ਹੁੰਦਾ ਹੈਗਾ ਸੋ ਫੰਡਸ ਜਿਹੜੇ ਆ ਉਹ 28 ਦਿਨ ਪੁਰਾਣੇ ਹੋਣ ਤਾਂ ਯੂਕੇ ਦੇ ਵਿੱਚ ਐਕਸੈਪਟੇਬਲ ਹੈਗੇ ਆ ਅੱਛਾ ਯੂਕੇ ਜਾਣ ਲਈ ਮਿਨੀਮਮ ਪਰਸੈਂਟੇਜ ਕਿੰਨੀ ਚਾਹੀਦੀ ਹੈਗੀ ਬੱਚੇ ਨੂੰ ਅਮ ਦੇਖੋ ਜਿਹੜੀ ਮਿਨਿਮਮ ਪਰਸੈਂਟੇਜ ਹੈ ਯੂਕੇ ਦੇ ਲਈ ਉਹ ਤਾਂ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਹੋਇਆ ਕਿ 60% ਜਿਹੜਾ ਹੈਗਾ ਵਧੀਆ ਯੂਨੀਵਰਸਿਟੀਆਂ ਦਿੰਦੀਆਂ ਹੈਗੀਆਂ ਸੋ 60 ਤੋਂ ਥੱਲੇ 50% ਵਾਲੇ ਵੀ ਬੱਚੇ ਯੂਕੇ ਜਾ ਸਕਦੇ ਆ ਈਵਨ ਦੋ 45% ਵਾਲੇ ਜਿਨ੍ਹਾਂ ਦੇ ਬੱਚਿਆਂ ਦੀ ਓਵਰਆਲ ਪਰਸੈਂਟੇਜ ਆਈ ਹੋਈ ਹੈ ਉਹ ਵੀ ਯੂਕੇ ਦੇ ਵਿੱਚ ਜਾ ਸਕਦੇ ਆ ਐਂਡ ਮੈਂ ਤੁਹਾਨੂੰ ਦੱਸ ਰਿਹਾ ਚੋਣ ਜੀ ਆਪਣੇ ਕੋਲ ਇੱਕ ਹੋਰ ਆਪਸ਼ਨ ਹੈਗੀ ਆ ਜਿਹੜੇ ਬੱਚਿਆਂ ਦੀ ਪਰਸੈਂਟੇਜ ਘੱਟ ਹੈਗੀ ਹੈ ਜਾਂ ਇੰਟਰਵਿਊ ਤੋਂ ਡਰਦੇ ਹੈਗੇ ਆ ਉਹਨਾਂ ਦਾ ਸੁਪਨਾ ਯੂਕੇ ਦੇ ਵਿੱਚ ਪੜਨ ਦਾ ਹੈਗਾ ਆ ਉਹ ਬਈਆ ਸਿੰਗਾਪੁਰ ਵੀ ਜਾ ਸਕਦੇ ਉਹਨਾਂ ਨੂੰ 1 ਸਾਲ ਦੀ ਸਟੱਡੀ ਸਿੰਗਾਪੁਰ ਦੇ ਵਿੱਚ ਕਰਨੀ ਪੈਗੀ ਉਸ ਤੋਂ ਬਾਅਦ 2 ਸਾਲ ਜਾਂ 3 ਸਾਲ ਦੀ ਜਿਹੜੀ ਉਹਨਾਂ ਦੀ ਰਿਮੇਨਿੰਗ ਗ੍ਰੈਜੂਏਸ਼ਨ ਦੀ ਸਟੱਡੀ ਹੋਏਗੀ ਉਹ ਯੂਕੇ ਜਾ ਦੇ ਵਿੱਚ ਸਟੱਡੀ ਕਰ ਸਕਦੇ ਹੈਗੇ ਅ ਇਹ ਸਵਾਲੇ ਇਸ ਪੈਨਡੈਮਿਕ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਇਸ ਵੇਲੇ ਖੜਾ ਹੋ ਰਿਹਾ ਹੈ ਜੇ ਬੱਚਾ ਬਾਹਰ ਐਡਮਿਸ਼ਨ ਲੈ ਲੈਂਦਾ ਕੀ ਉਹਨੂੰ ਇੰਡੀਆ ਚ ਬੈਠ ਕੇ ਪੜ੍ਹਨਾ ਪਏਗਾ ਕੀ ਉੱਥੇ ਫਿਜ਼ੀਕਲੀ ਅਪੀਅਰ ਹੋ ਸਕਦਾ ਉੱਥੇ ਜਾ ਕੇ ਪੜਾਈ ਕਰ ਸਕਦਾ ਉਹ ਲੇਖੋ ਇਹ ਜਿਹੜਾ ਤੁਹਾਡਾ ਸਵਾਲ ਹੈਗਾ ਨਾ ਇਹ ਬਹੁਤ ਹੀ ਇੱਕ ਕਹ ਦੀ ਪੰਜਾਬ ਦੇ ਵਿੱਚ ਇਸ ਟਾਈਮ ਉੱਭਰ ਰਿਹਾ ਲੋਕਾਂ ਦੇ ਦਿਲਾਂ ਦੇ ਵਿੱਚ ਉੱਭਰ ਰਿਹਾ ਸਵਾਲ ਹੈਗਾ ਆ ਕਿ ਕੀ ਮੈਨੂੰ ਬਾਹਰਲੇ ਮੁਲਕ ਦੇ ਵਿੱਚ ਪੜ੍ਹਾਈ ਜਾ ਕੇ ਕਰਨ ਦਾ ਮੌਕਾ ਮਿਲੇਗਾ ਜਾਂ ਆਨਲਾਈਨ ਕਰਨੀ ਪੈਗੀ ਆਨਲਾਈਨ ਪੜ੍ਹਾਈ ਤੋਂ ਸਾਰੇ ਡਰਦੇ ਆ ਉਹ ਜਾਇਜ਼ ਵੀ ਹੈਗਾ ਕਿ ਜਿਹੜਾ ਤੁਸੀਂ 10-10 ਲੱਖ ਰੁਪਇਆ ਕਿਸੇ ਵੀ ਕੰਟਰੀ ਨੂੰ ਦਿੱਤਾ ਹੋਇਆ ਹੈਗਾ ਸਾਲ ਦੀ ਫੀਸ ਦਿੱਤੀ ਹੈ ਬੱਚਿਆਂ ਨੂੰ ਸਾਲ-ਸਾਲ ਹੋ ਗਿਆ ਇੰਡੀਆ ਪੜ੍ਹਦਿਆਂ ਨੂੰ ਅਗਲੇ ਸਾਲ ਦੀ 10 ਲੱਖ ਰੁਪਿਆ ਫੀਸ ਫੇਰ ਖੜੀ ਹੋ ਗਈ ਹੈਗੀ ਆ ਸੋ ਕਿੱਥੋਂ ਪੇ ਕਰਨੀ ਆ ਲੋਕਾਂ ਦੇ ਕੋਲ ਇੰਨੇ ਫਾਈਨੈਂਸ਼ਲੀ ਇੰਡੀਆ ਦੇ ਵਿੱਚ ਆਪਾਂ ਜਾਣਦੇ ਆ ਕਿ ਬੰਦੇ ਇਹ ਇੰਨੇ ਜ਼ਿਆਦਾ ਫਾਈਨੈਂਸ਼ਲੀ ਸਟਰੋਂਗ ਨਹੀਂ ਹੈਗੇ ਕਿ ਜਿਹੜਾ ਇੱਕ ਸਾਲ ਤਾਂ ਇੱਥੇ 10 ਲੱਖ ਭਰਤਾ ਤੇ ਆਉਣ ਵਾਲੇ 10 ਸਾਲ 10 ਲੱਖ ਰੁਪਿਆ ਫੇਰ ਰੈਡੀ ਰੱਖੀ ਬੈਠੇ ਆ ਸੋ ਯੂਕੇ ਦਾ ਜਿਹੜਾ ਹੈ ਕਿ ਇਹੀ ਮੇਨ ਮੋਟਿਵ ਹੈ ਕਿ ਜੇ ਬੱਚਾ ਇੱਥੋਂ ਵੀਜ਼ਾ ਲੈ ਕੇ ਜਾ ਰਿਹਾ ਆ ਤਾਂ ਉਹਨੂੰ ਇੰਡੀਆ ਚ ਨਹੀਂ ਉਹ ਯੂਕੇ ਜਾ ਕੇ ਹੀ ਪੜਾਈ ਕਰੇਗਾ ਆਨਲਾਈਨ ਪੜਾਈ ਦਾ ਹੱਲੇ ਤੱਕ ਅਸੀਂ ਜਿੰਨੇ ਬੱਚੇ ਭੇਜੇ ਉਹਨਾਂ ਦਾ ਕੋਈ ਇਦਾਂ ਦਾ ਕੇਸ ਨਹੀਂ ਆ ਅਸੀਂ ਯੂਕੇ ਹੀ ਜਾ ਕੇ ਬੱਚੇ ਪੜ ਰਹੇ ਹੈਗੇ ਅੱਛਾ ਇੱਕ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਨਾ ਇੱਕ ਬਹੁਤ ਗੱਲ ਚੱਲ ਰਹੀ ਹੁੰਦੀ ਹੈ ਕਿ ਅਸੀਂ ਬਾਹਰ ਜਾ ਕੇ ਆਪਣਾ ਇੰਤਜ਼ਾਮ ਕਿੱਦਾਂ ਕਰਾਂਗੇ ਕਿਸ ਤਰ੍ਹਾਂ ਆਪਾਂ ਉੱਥੇ ਕਮਾਈ ਕਰ ਸਕਦੇ ਆਂ ਪੜਾਈ ਦੇ ਨਾਲ ਨਾਲ ਅਰਨਿੰਗ ਸੋਰਸਸ ਕੀ ਰਹਿਣਗੇ ਜੇਕਰ ਉਹਨਾਂ ਨੂੰ ਵਰਕਿੰਗ ਵੀਜ਼ਾ ਨੇਮ ਮਿਲਦਾ ਤਾਂ ਬਹੁਤ ਡਿਫਿਕਲਟੀ ਹੋ ਜਾਂਦੀ ਹੈ ਕਿ ਯੂਕੇ ਵਰਕ ਵੀਜ਼ਾ ਜਿਹੜਾ ਹੈਗਾ ਪ੍ਰੋਵਾਈਡ ਕਰ ਰਿਹਾ ਹਾਂਜੀ ਇਹ ਜੋ ਸਵਾਲ ਤਾਂ ਆਪਣਾ ਪਿਛਲਾ ਸਵਾਲ ਲਾਂਕੇ ਗਿਆ ਉਹਨਾਂ ਨਾਲ ਰਿਲੇਟ ਕਰ ਰਹੇ ਆਂ ਆਪਾਂ ਕਿ ਜਿਹੜਾ ਬੱਚੇ ਦੀ ਫੀਸ ਦਾ ਸਿਸਟਮ ਆ ਗਿਆ ਕਿ 10 ਲੱਖ ਰੁਪਏ ਇੱਥੋਂ ਤਾਂ ਪੇ ਕਰਤਾ ਅੱਗੇ ਕੀ ਹੁੰਦਾ ਸੀ ਕਿ ਲੋਕੀ ਕਹਿੰਦੇ ਸੀ ਕਿ ਬੱਚਾ ਬਾਹਰ ਜਾਏਗਾ ਜਾ ਕੇ ਉੱਥੇ ਕੰਮ ਕਰੇਗਾ ਤਾਂ ਆਪਣੇ ਨੈਕਸਟ ਇਅਰ ਦੀ ਫੀਸ ਪੇ ਕਰ ਦੇਗਾ ਉਹੀ ਚੀਜ਼ ਜਿਹੜੀ ਹੈਗੀ ਆ ਉਹ ਸਾਰਾ ਸਰਕਲ ਟੁੱਟ ਗਿਆ ਬੱਚੇ ਤੋਂ ਪੈਸੇ ਨਹੀਂ ਪੇ ਕਰ ਹੋਏ ਤਾਂ ਬੱਚੇ ਹੁਣ 10-10 ਲੱਖ ਇਥੋਂ ਦੇਣ ਨੂੰ ਤਿਆਰ ਆ। ਇਹ ਗੱਲ ਆ ਜਾਂਦੀ ਹੁਣ ਯੂਕੇ ਦੇ ਉੱਤੇ। ਯੂਕੇ ਦੇ ਵਿੱਚ ਵੀ ਜੇ ਬੱਚਾ ਇਥੋਂ ਪੜਨ ਜਾ ਰਿਹਾ ਆ ਉਹਨੂੰ 20 ਘੰਟੇ ਵੀਕਲੀ ਕੰਮ ਕਰਨ ਦੇ ਮਿਲਦੇ ਆ। ਸੋ so, 20 ਆਵਰਸ ਵੀਕਲੀ ਪੋਸਟ ਸਟਡੀ ਵਰਕ ਜਿਹੜਾ ਡਿਊਰਿੰਗ ਸਟਡੀ ਵਰਕ ਪਰਮਿਟ ਮਿਲਦਾ ਹੈ ਤੇ ਜਦੋਂ ਉਹਦੀ ਪੜਾਈ ਖਤਮ ਹੋ ਜਾਂਦੀ ਹੈ ਤਾਂ ਉਹ ਬੱਚੇ ਨੂੰ ਵਰਕ ਪਰਮਿਟ ਉੱਥੇ ਮਿਲਦਾ ਹੈ ਤੇ ਕਈ ਯੂਨੀਵਰਸਿਟੀਆਂ ਤਾਂ ਇਦਾਂ ਦੀਆਂ ਵੀ ਹੈਗੀਆਂ ਆ ਜਿਹੜੀਆਂ ਕਿ ਯੂਕੇ ਦੇ ਵਿੱਚ ਪਲੇਸਮੈਂਟ ਵੀ ਕਰਵਾ ਕੇ ਦੇ ਰਹੀਆਂ ਸੋ ਯੂਕੇ ਦਾ ਪੜੇ ਬੱਚੇ ਨੂੰ ਜਦੋਂ ਤੁਸੀਂ ਉੱਥੋਂ ਗ੍ਰੈਜੂਏਸ਼ਨ ਜਾਂ ਮਾਸਟਰਸ ਕਰ ਲੈਨੇ ਹੋ ਤੁਹਾਨੂੰ ਕੱਲਾ ਯੂਕੇ ਨਹੀਂ ਤੁਹਾਡੀ ਪੂਰੀ ਦੁਨੀਆ ਖੁੱਲ ਜਾਂਦੀ ਹੈ ਯੂਕੇ ਤੋਂ ਪੜੇ ਲੋਕੀ ਅਮਰੀਕਾ ਜਾ ਜਾ ਕੇ ਜੌਬਸ ਕਰਦੇ ਆ ਉੱਥੇ ਦੀ ਡਿਗਰੀ ਦੀ ਵੈਲਿਊ ਬਹੁਤ ਹੈਗੀ ਆ ਤੁਹਾਨੂੰ ਉੱਥੋਂ ਜਿਹੜੀਆਂ ਯੂਨੀਵਰਸਿਟੀਆਂ ਪ ਆ ਰਹੀਆਂ ਤੁਸੀਂ ਯੂਰਪ ਦੇ ਵਿੱਚ ਕਿਤੇ ਵੀ ਜਾ ਕੇ ਵਧੀਆ ਪੈਕੇजेस ਦੇ ਉੱਤੇ ਕੰਮ ਕਰ ਸਕਦੇ ਹੋ ਸੋ ਕੱਲਾ ਇਹ ਨਾ ਦੇਖੋ ਕਿ ਯੂਕੇ ਦੇ ਵਿੱਚ ਵੀ ਉੱਥੇ ਵਰਕ ਪਰਮਿਟ ਮਿਲਿਆ ਆ ਯੂਕੇ ਦੀ ਪੜ੍ਹਾਈ ਕੀਤੀ ਦਾ ਮੁੱਲ ਤੁਸੀਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਉਹਦਾ ਪਾ ਸਕਦੇ ਹੋ ਤੁਹਾਨੂੰ ਹਰ ਕੋਨੇ ਦੇ ਵਿੱਚ ਤੁਹਾਨੂੰ ਉਹਦੀ ਪੜ੍ਹਾਈ ਦੇ ਬੇਸ ਦੇ ਉੱਤੇ ਵਧੀਆ-ਵਧੀਆ ਪੈਕੇਜ ਮਿਲ ਸਕਦੇ ਨੇ ਵਧੀਆ-ਵਧੀਆ ਤੁਸੀਂ ਜੋਬਸ ਕਰ ਸਕਦੇ ਹੋ ਤਾਂ ਯੂਕੇ ਦੇ ਵਿੱਚ ਤਾਂ ਤੁਹਾਨੂੰ ਆਬਵੀਅਸਲੀ ਮਿਲਣਾ ਹੀ ਮਿਲਣਾ ਹੈ ਜਿਹੜਾਂ ਦੀ ਉਹਨਾਂ ਦੀ ਗਵਰਨਮੈਂਟ ਨੇ ਕਿਹਾ ਕਿ ਤੁਹਾਨੂੰ ਵਰਕ ਪਰਮਿਟ ਪੋਸਟ ਸਟਡੀ ਤੇ ਡਿਊਰਿੰਗ ਸਟੱਡੀ ਦੋਨੇ ਟਾਈਮ ਹੀ ਮਿਲੇਗਾ ਉਸ ਤੋਂ ਇਲਾਵਾ ਸਭ ਤੋਂ ਜਿਹੜੀ ਵੱਡੀ ਗੱਲ ਹੈ ਕੋਵਿਡ ਕਰਕੇ ਬੱਚਿਆਂ ਦੇ ਜਾਂ ਮੈਰਿਡ ਕਪਲਸ ਨੇ ਉਹਨਾਂ ਦੇ ਬਹੁਤ ਸਾਰੇ ਰੋਜ਼ਗਾਰ ਅ ਠੋਸ ਚੁੱਕੇ ਨੇ ਜਾਂ ਬਹੁਤ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਨੇ ਉਹ ਹੁਣ ਇੰਡੀਆ ਤੋਂ ਜਾਂ ਇੰਡੀਆ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਕੁਝ ਸਾਡਾ ਇਕਨੋਮਿਕ ਸਟਰਕਚਰ ਹੀ ਇਦਾਂ ਦਾ ਬਣ ਚੁੱਕਾ ਆ ਸੋ ਉਹਨਾਂ ਲਈ ਵੀ ਯੂਕੇ ਇੱਕ ਵਧੀਆ ਆਪਸ਼ਨ ਹੈਗੀ ਆ ਦੋਨੇ ਹਸਬੰਡ ਵਾਈਫ ਜਾਂ ਬੱਚਾ ਉਹ ਯੂਕੇ ਇਕੱਠੇ ਟਰੈਵਲ ਕਰ ਸਕਦੇ ਨੇ ਆਪਣੀ ਸਟੱਡੀ ਵੀ ਕਰ ਸਕਦੇ ਨੇ ਜਿਹੜਾ ਸਪਾਊਸ ਹੋਏਗਾ ਉਹ ਜਾ ਕੇ ਕੰਮ ਵੀ ਕਰ ਸਕਦਾ ਆ ਤੇ ਉਹ ਆਪਣੀ ਲਾਈਫ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਉਸੇ ਸੈਟਲ ਹੋਨ ਕਰ ਸਕਦੇ ਹੈਗੇ ਜਸਪ੍ਰੀਤ ਜੀ ਇੰਨੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਂਝਾ ਮੁੱਦੇ ਦੇ ਚੈਨਲ ਥਰੂ ਜੋ ਇਹ ਲੋਕਾਂ ਨੂੰ ਸਹੀ ਇਨਫੋਰਮੇਸ਼ਨ ਪਹੁੰਚਾ ਰਹੇ ਹੋ ਕਿਉਂਕਿ ਇਹ ਜਿਹੜੀ ਲਾਈਨ ਹੈਗੀ ਆ ਇਹਦੇ ਵਿੱਚ ਗਲਤ ਇਨਫੋਰਮੇਸ਼ਨ ਵੀ ਬਹੁਤ ਪਹੁੰਚਾਈ ਜਾਂਦੀਆਂ ਸੋ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਤੇ ਵੀ ਵਿਸ਼ਵਾਸ ਦਿਵਾਉਂਦੇ ਹੋ ਕਿ ਸਾਨੂੰ ਵਧੀਆ ਇਨਫੋਰਮੇਸ਼ਨ ਦੇਗਾ ਤਾਂ ਲੋਕਾਂ ਤੱਕ ਤੁਸੀਂ ਵਧੀਆ ਉਹ ਇਨਫੋਰਮੇਸ਼ਨ ਪਹੁੰਚਾਉਣੇ ਹੋ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਦਰਸ਼ਕਾਂ ਦਾ ਵੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਇਨਫੋਰਮੇਸ਼ਨ ਜਿੰਨੀ ਵੀ ਹੈ ਜਿੰਨੀ ਤੁਹਾਡੇ ਤੋਂ ਗਾਂ ਤੁਹਾਡਾ ਧੰਨਵਾਦ ਜੇਕਰ ਤੁਹਾਡੇ ਵੀ ਦਿਲਾ ਦੇ ਵਿੱਚ ਮਨਾਂ ਦੇ ਵਿੱਚ ਕੋਈ ਵੀ ਸਵਾਲ ਹੈਗੇ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਆ ਯੂਕੇ ਦੀ ਸਟੱਡੀ ਲਈ ਫਰਦਰ ਕੋਈ ਕੁਐਸਚਨਸ ਤੁਹਾਡੇ ਦਿਮਾਗ ਦੇ ਵਿੱਚ ਆ ਰਹੇ ਨੇ ਤਾਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਪੁੱਛੋ ਜਾਂ ਫਿਰ ਜਸਪ੍ਰੀਤ ਜੀ ਨਾਲ ਤੁਸੀਂ ਸਿੱਧਾ ਕੰਟੈਕਟ ਕਰ ਸਕਦੇ ਹੋ ਉਹਨਾਂ ਦਾ ਮੇਲ ਐਡਰੈਸ ਤੇ ਉਹਨਾਂ ਦਾ ਫੋਨ ਨੰਬਰ ਆ ਰਾਈ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਸਾਂਝਾ ਮੁੱਦਾ